उम्मीद करदे आं तुसी वी सारे जने ठीक होवोगे। ते अज साडा जिंद कौर चले शॉपिंग करन वास्ते। जिंद कौर दियां मासियां दा विआह वा आ वाले घर अपने, ठीक आ। ताया जी दियां चंगणा दा विआह ते ਮਾਦਾ ਸਾਡੀ ਆਈ ਤੇ ਸਾਡੀ ਸਾਰਿਆਂ ਦੀ ਸ਼ਾਪਿੰਗ ਹੋ ਗਈ। ਸਾਡੇ ਜਿੰਦੂ ਦੇ ਪੱਪੜੇ ਲੈਣੇ ਅਸੀਂ, ਹੈ ਨਾ ਜਿੰਦ ਕੌਰ। ਉਹਨੇ ਨਾਨੀ ਵੀ ਤੋਤੇ ਰੰਗਾ ਸੂਟ ਪਾ ਕੇ ਆ ਗਈ। ਨਾਨੀ ਵਿਚਾਰੀ ਦੇ ਕਾਲੇ ਦੀ ਦੇ ਲੱਤ ਤੇ ਸੱਟ ਲੱਗ ਗਈ। ਮੰਮੀ ਪੰਗੇ ਲੈਣ ਲੱਗ ਗਏ ਸਫਾਈਆਂ ਵਾਲੇ, ਤੇ ਸਫਾਈਆਂ ਲੈਣ ਲਈ ਚੜ ਗਏ ਉਹ ਪੀੜੀ ਜਿਹੀ ਤੇ ਤਾਂ ਉੱਪਰ, ਤੇ ਪੀੜੀ ਥੱਲਿਓ ਗਈ ਫਿਸਲ ਤੇ ਉਹ ਇੰਨੀ ਜ਼ੋਰ ਨਾਲ ਸੱਟ ਲੱਗੀ ਕਿ ਮਤਲਬ ਹੱਥ ਇੰਨੀ ਸਵੈਲਿੰਗ ਹੋਈ ਸੀ, ਉਹ ਲੱਗਾ ਸੀ ਕਿ ਜਿਵੇਂ ਕਰੈਕ ਵਗੈਰਾ ਹੋ ਗਈ, ਹੈ ਨਾ। ਵਿਆਹ ਲੱਗ ਗਿਆ ਆਇਆ ਹੋਇਆ ਵਾ, 3-4 ਦਿਨ ਰਹਿ ਗਏ। ਤੇ ਤੁਸੀਂ ਕਹੋਗੇ ਇੰਨੀ ਲੇਟ ਜਿੰਦ ਕੌਰ ਦੀ ਸ਼ੋਪਿੰਗ, ਕੀ ਕਰੀਏ ਭਾਈ, ਇਹ ਤਾਂ ਨੀ ਪਤਾ ਲੱਗਦਾ। ਇੱਕ ਤੈਨੂੰ ਪਸੰਦ ਨੀ ਆਉਂਦਾ ਕੁਛ, ਚਲੋ ਜੁੜੇਗਾ ਵਲੌਗ ਹੁੰਦਾ ਮੇਰਾ ਬੁੱਤੂ, ਵਾਹਿਗੁਰੂ ਕਰਦਾ ਹੁੰਦਾ। ਹਾਂ ਗੱਲਾਂ ਕਰਦੇ, ਵਾਹਿਗੁਰੂ ਕਹੀਏ, ਸਦਾ ਸੁਖੀ ਰਹੀਏ, ਵਾਹਿਗੁਰੂ ਬੋਲੀਏ, ਕਦੇ ਵੀ ਨਾ ਡੋਲੀਏ, ਵਾਹਿਗੁਰੂ ਵਾਹਿਗੁਰੂ ਜਪੀਏ, ਕਦੇ ਵੀ ਨਾ ਤੱਕੀਏ। ਵਾਹਿਗੁਰੂ ਕਰਦਾ ਸੀ ਮੇਰਾ ਬੁੱਤੂ, ਮੇਰਾ ਲਾਡਲਾ ਵਾਹਿਗੁਰੂ ਕਰਦਾ ਸੀ। ਚਲੋ ਵਾਹਿਗੁਰੂ ਕਹਿ ਦੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿੰਨੇ ਜਾਣੇ ਆਉਂਦੇ ਜਾਂਦੇ ਸੀ ਉਹ ਸਾਹਮਣੇ, ਨਮੋਲ ਕਵਾਤਰਾ ਮੈਨੂੰ ਲੱਗਦਾ, ਹੈ ਨਾ ਨਮੋਲ ਕਵਾਤਰਾ ਨਾ। ਤੇ ਆਪਾਂ ਇੱਥੇ ਖਲੋਤੇ ਹਾਂ ਜੂਸ ਪੀਣ ਵਾਸਤੇ, ਅਸੀਂ ਇੱਥੇ ਪੀਣਾ ਹੈ ਜੂਸ। ਕਿੰਨੇ ਜ਼ਿਆਦੇ ਜਾਣੇ, ਹਨਾ ਹਨਾ ਪੁੱਤ, ਕਿੰਨੇ ਜ਼ਿਆਦੇ ਜਾਣੇ ਆ। ਕੀ ਵੇਖਦਾ ਸੀ ਮੇਰਾ ਪੁੱਤ, ਬਾਰ ਕੀ ਵੇਖਦਾ ਸੀ, ਗੱਦੀਆਂ ਵੇਖਦਾ ਸੀ ਬਾਹਰ, ਹੋਰ ਮੇਰਾ ਪੁੱਤ ਗੱਦੀ ਵੇਖਦਾ ਸੀ ਬਾਹਰ। ਆਏ 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 ਜਵਾਕ ਪਸੰਦ ਹੁੰਦੇ ਨਾ, ਮੈਂ ਸਾਰਿਆਂ ਦੇ ਜਵਾਕਾਂ ਨਾਲ ਬੜਾ ਪਿਆਰ ਕੀਤਾ। ਤੇ ਉਹ ਕਹਿੰਦਾ ਮੈਨੂੰ ਪਹਿਲਾਂ ਅਸੀਂ ਨਿਆਣੇ ਚੁੱਕਣ ਵਾਲੀ, ਹੁਣ ਖਾਣ ਵਾਲੀ ਵੀ ਲੱਗਦੀ ਆ। ਜਿੰਦ ਕੌਰ ਮਾਮਾ ਦੀ ਯਾਦ ਆਈ ਸੀ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਪਾਪਾ ਕਿੱਥੇ ਆ, ਪਾਪਾ ਕਿੱਥੇ ਗਏ? ਲਓ ਜੀ ਦੁੱਧੂ ਸੁੱਟਤਾ, ਹਾਏ ਪੁੱਤ ਦੀਆਂ ਅੱਖਾਂ 'ਚ ਪਾਣੀ। ਮੰਮਾ ਵਾਹਿਗੁਰੂ ਜੀ। ਜਿੰਦ ਕੌਰ ਅੱਜ ਅੱਜ ਆਪਾਂ ਬਾਬਾ ਜੀ ਦਾ ਨਾਮ ਲਈਏ। ਤੈਨੂੰ ਮੈਂ ਸਿਖਾਇਆ ਸੀ ਨਾ ਮੇਰੇ ਪੁੱਤ ਨੂੰ, ਮੈਂ ਸਿਖਾਇਆ ਸੀ ਨਾ ਮੇਰਾ ਪੁੱਤ ਕੀ ਬੋਲਦਾ ਸੀ, ਮੈਂ ਆਪਣੇ ਪੁੱਤ ਨੂੰ ਕੀ ਸਾਇਆ ਸੀ ਜਦੋਂ ਮੇਰਾ ਪੁੱਤ ਆਇਆ ਸੀ ਮੰਮਾ ਕੋਲ ਆਇਆ ਸੀ ਪਹਿਲੀ ਵਾਰ। ਜਿੰਦ ਕੌਰ ਇੱਧਰ ਦੇਖੋ, ਜਿੰਦ ਕੌਰ ਬਾਬਾ ਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਹਨੂੰ ਗੁੱਟੋ ਲੱਗ ਗਈ ਆ ਹੁਣ। ਅੱਗੇ ਭਾਈ ਬੋਲੋ, ਭਾਈ ਭਾਈ ਬੋਲੋ ਬੋਲੋ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ। ਸੰਗਤ ਜੀ, ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਕੱਲ੍ਹ ਲੰਘ ਕੇ ਗਿਆ, ਪਰ ਮੈਂ ਇੱਥੇ ਵੇਖ ਰਹੀ ਹਾਂ ਕਿ ਜਿਹੜੇ ਇੱਥੇ ਤੁਰੇ ਜਾਂਦੇ ਆ ਭਗਤ ਰਵਿਦਾਸ ਜੀ ਨੂੰ ਕਹਿੰਦੇ ਆ ਕਿ ਸਾਡੇ
सत्कार जो गया भगत जी नू नमस्कार करते हैं, पर इन्हां दे विच भगत जी ने जो कहा कि कोई भी एक लक्षण है तो मैनू दस दिओ कि असी एदे विच मैनू लगता कि ना कि असी भगत जी का भी नरादरी करते हैं। जेड़ा जो भी इन्हां दा धाम उधर तो आने नहीं जिन्ने गलियां दे विच तुरे फिरदे आ। पहली गल ते भगत रविदास जी किसी कले दे नहीं, मैं तो इस गल च बिलीव करती हाँ भगत रविदास जी साडे भी आ, क्योंकि भगत रविदास जी गुरु ग्रंथ साहिब जी दी बाणी च उहनां दी बाणी दर्ज आ, ते मैनू नहीं लगता कि सानू उहनां नूं अलग करके पूजना चाहीदा। जिथे असीं दसां गुरुआं नूं डंडौत करदे हां उत्थे नाल भगतां नूं भी ते नमस्कार ही आ, भगतां अगे भी रोज सिर झुकदा साडा, पर मैनू नहीं लगन दिया आ की असीं मनाउने आ। कुछ क बंदे आ जिहड़े इस तरह वखरेवां पा दिंदे, हांजी जय जय कार नहीं, पर पता नहीं क्यों मैनू इन्ना दुख लगा ना। तुसीं खुद वेखो ਕਿਸੇ ਇੱਕ ਦਾ ਸਿਰ ਮੈਨੂੰ ਤੁਸੀਂ ਢਕਿਆ ਵਿਖਾ ਦੋ ਤੇ ਕਹਿਣਾ ਜੀ ਅਸੀਂ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ, ਉਹੀ ਤੇ ਗੱਲ ਆ। ਕੁਛ ਕੁਛ ਇੱਕ ਚੀਜ਼ ਵਿਖਾ ਦਿਆ ਜੇ ਮੈਨੂੰ, ਹਾਂ ਬਿਲਕੁਲ ਸਾਡੇ ਲੋਕ ਸਿੱਖੀ ਦਾ ਪੈਂਡਾ ਔਖਾ ਵਾ, ਸਿੱਖੀ ਦਾ ਰਾਹ ਔਖਾ ਵਾ, ਸਿੱਖੀ ਨਾ ਸਾਨੂੰ ਮੰਨਣੀ ਪਵੇ, ਇਹ ਭਗਤ ਜੀ ਦੀ ਬਾਣੀ ਨੂੰ ਮੰਨਦੇ ਆ, ਬਾਣੀ ਨੂੰ ਮੰਨਦੇ ਉਹ ਬਾਣੀ ਬਾਹਰ ਕੱਢ ਲੈਂਦੇ। ਬਿਲਕੁਲ ਜੀ ਬਿਲਕੁਲ, ਵੰਡੀਆਂ ਅਸੀਂ ਆਪ ਪਾ ਕੇ ਬੈਠੇ ਹਾਂ। ਹੁਣ ਅਸੀਂ ਨਕੋਦਰ ਪਹੁੰਚ ਗਏ ਹਾਂ ਅਤੇ ਸਾਡੇ ਮਾਤਾ ਜੀ ਦੀ ਡਿਮਾਂਡ ਆ, ਉਹ ਭਗਤ ਜੀ ਦੇ ਜਨਮ ਦਿਹਾੜੇ ਕਰਕੇ ਨਾ ਰਸ਼ ਬਹੁਤ ਜ਼ਿਆਦਾ ਸੀ ਜਲੰਧਰ 'ਚ, ਅਤੇ ਹੁਣ ਜਿੰਦ ਨੂੰ ਇਹਨੂੰ ਮੈਡਮ ਨੂੰ ਪਤਾ ਨਹੀਂ ਹੁਣ ਕੀ ਦਿਸਦਾ ਵਾ, ਮੈਂ ਤਾਂ ਸਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਮੈਡਮ ਜੀ ਰੱਜੇ ਪਏ ਆ, ਕਿੱਥੇ ਆਉਣੀਆਂ ਨੀਂਦਾਂ, ਜਾ ਕੇ ਖਾਵਾਂਗੇ, ਸ਼ੋਪਿੰਗ ਕੀਤੀ ਹੈ, ਸ਼ੋਪਿੰਗ ਕੀਤੀ ਹੈ ਜੇ ਰੋਇਆ ਮੈਂ ਨੀ ਦੂੰਗੀ, ਫਿਰ ਮੈਂ ਰੱਖ ਲੈਣੀ ਜੀ ਜੀ ਹੈ ਨਾ ਪੁੱਤ, ਹਾਂਜੀ ਢਿੱਡੋ ਨੰਗੀ ਹੋ ਗਈ ਆ। ਅਤੇ ਹੁਣ ਸਾਡੀ ਮਾਤਾ ਜੀ ਦੀ ਡਿਮਾਂਡ ਹੈਗੀ ਕਿ ਮੈਨੂੰ ਚਾਹੀਦੀ ਆ ਫੋੜਿਆਂ ਵਾਲੀ ਆਈਸਕ੍ਰੀਮ, ਉਹ ਨਹੀਂ ਹੁੰਦੀ ਆਪਣੀ ਚੋਕਲੇਟ ਵਾਲੀ ਜਿਹ 'ਚ ਨਟਸ ਵਗੈਰਾ ਹੁੰਦੇ ਆ ਅਤੇ ਉਹਦੇ ਉੱਤੇ ਐਂ ਜਿਹੇ ਬਣੇ ਹੁੰਦੇ ਗੋਲ ਗੋਲ ਦੇ। ਅਤੇ ਲੋਰੀ ਪਹੁੰਚ ਚੁੱਕੇ ਹਾਂ ਅਸੀਂ ਨਕੋਦਰ ਦੀ ਜੂ 'ਚ, ਨੀਂਦ ਬੜੀ ਆਉਂਦੀ ਕਿਉਂਕਿ ਪਹਿਲਾਂ ਦਿਨੇ ਸਮਾਗਮ ਲਾਇਆ ਸੀ। ਪੁੱਤੂ ਜੀ ਮੇਰੀ ਛੁੰਦਰੀ ਮੇਰੀ ਗੁੱਗੋ ਮੇਰੀ ਗੁੱਗੋ, ਹੁਣ ਪੂਰੀ ਐਕਟਿਵ ਆ ਮੈਡਮ, ਲੰਬੀ ਬਥੇਰੀ ਆ, ਉਹ ਦਿਨ ਤਾਂ ਆਉਣ ਲੱਗ ਪਿਆ ਜਿਹੜਾ ਹੈਗਾ ਉੱਤੇ ਲਿਖਿਆ ਉਹਦੇ ਹੈ ਨਾ, ਹਾਂਜੀ ਲੱਗਦਾ 5 ਮੰਥ ਤੋਂ ਉਹ 6 ਮੰਥ, ਅੱਛਾ ਉਹ ਵੀ ਆ ਗਿਆ ਜਿਹੜਾ ਆਪਣਾ ਮੋਹਾਲੀ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਅਤੇ ਗੁਰੂ ਸਾਹਿਬ ਜੀਆਂ ਦੇ ਜਿਹੜੇ ਸਰੂਪ ਨੇ ਉਹਨਾਂ ਦੀ ਬੇਅਦਬੀ ਹੋਈ ਉਹਨਾਂ ਦੀ ਬਾਬਤ, ਅਤੇ ਸਾਰਿਆਂ ਨੇ ਉੱਥੇ ਜ਼ਰੂਰ ਹੁੰਮ ਹਮਾ ਕੇ ਪਹੁੰਚਣਾ। ਅਤੇ ਹੁਣ ਕਈ ਕਮੈਂਟ ਕਰਨਗੇ ਬੀਬੀ ਜੀ ਤੁਸੀਂ ਆਪ ਦੇ ਘਰ ਬੈਠੇ ਹੋ, ਮੇਰੇ ਕੋਲ ਵਲੋਗ ਬਣਿਆ ਅਤੇ ਪਿਆ ਵਲੋਗ ਤਾਂ ਕੀ ਸੀ, ਆਪਾਂ ਵੀਡੀਓ ਕਲਿੱਪਸ ਲਈਆਂ ਸੀਗੀਆਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ, ਹਾਂਜੀ ਐਡ ਕਰ ਦਾਂਗੀ, ਹਾਂਜੀ ਮੈਂ ਤੁਸੀਂ ਅੱਗੇ ਵੇਖ ਲਿਓ, ਕਿਉਂਕਿ ਅਸੀਂ ਜਿੰਦ ਕੌਰ ਨੂੰ ਵੀ ਨਾਲ ਲੈ ਕੇ ਗਏ ਸੀ, ਸਾਡਾ ਪਹਿਲਾਂ ਇੱਕ ਦਿਨ ਦੀਵਾਨ ਸੀਗਾ, ਫਿਰ ਆਪਾਂ ਸਿੱਧਾ ਚੰਡੀਗੜ੍ਹ ਚਲੇ ਗਏ, ਫਿਰ ਅਗਲੇ ਦਿਨ ਸਪੈਸ਼ਲ ਮੋਰਚੇ ਲਈ ਗਏ ਸੀਗੇ, ਅਤੇ ਬਾਪੂ ਜੀ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਸਾਰੀ ਸੰਗਤ ਦੇ ਨਾਲ ਮਿਲਾਪ ਹੋਇਆ ਸੀ, ਤੁਸੀਂ ਦੇਖਿਆ ਹੀ ਹੋਊਗਾ ਸੋਸ਼ਲ ਮੀਡੀਆ 'ਤੇ ਕਿਉਂਕਿ ਸਾਰਾ ਔਨਲਾਈਨ ਸਾਰਾ ਕੁਛ ਚੱਲਦਾ ਅੱਜ ਕੱਲ੍ਹ 'ਤੇ। ਅਤੇ ਮੈਂ ਇਹੋ ਬੇਨਤੀ ਕਰਾਂਗੀ ਭਾਈ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਨਾ, ਜਿਨ੍ਹਾਂ ਨੇ ਸਾਡੀ ਖਾਤਰ ਇੰਨੀਆਂ ਤੰਗੀਆਂ ਝੱਲੀਆਂ, ਕੀ ਉਹਨਾਂ ਦੇ ਕੋਲ ਕੀ ਨਹੀਂ ਸੀ, ਮੈਂ ਤਾਂ ਇਹ ਕਹਾਂਗੀ 100 ਕਿੱਲਿਆਂ ਦਾ ਮਾਲਕ ਹੋ ਕੇ ਭਾਈ ਜਗਤਾਰ ਸਿੰਘ ਹਵਾਰਾ ਕਿਹਦੀ ਖਾਤਰ ਜੇਲ੍ਹਾਂ 'ਚ ਬੈਠੇ ਆ, ਸਾਡੀ ਖਾਤਰ, ਸਾਰੇ ਹੀ ਸਾਡੇ ਜਿਹੜੇ ਸਿੰਘ ਨੇ ਸਤਿਕਾਰਯੋਗ ਆ, ਜੇ ਸੱਚਮੁੱਚ ਹੀ ਮੇਰੇ ਦੇਸ਼ ਦਾ ਕੋਈ ਕਾਨੂੰਨ ਆ ਤਾਂ ਫਿਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੀ ਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ, ਬੰਦੀ ਕਿਉਂ ਬਣਾ ਕੇ ਰੱਖੇ ਆ, ਇਹ ਕੋ ਬਲਾਤਕਾਰੀ ਸਾਧ ਮੈਨੂੰ ਸਮਝ ਨਹੀਂ ਆਉਂਦੀ, ਇਹ ਸਰਕਾਰ ਦਾ ਫੁੱਫੜ ਲੱਗਦਾ, ਤੀਜੇ ਦਿਨ ਪਰੋਲ ਦੇ ਦਿੰਦੇ ਉਹਨੂੰ, ਉਹ ਵੀ ਤਾਂ ਸਰਕਾਰ ਦੀਆਂ ਨਜ਼ਰਾਂ 'ਚ ਕਾਤਲ ਹੀ ਆ, ਹਾਲੇ ਤਾਂ ਉਹਦੀ ਸਜ਼ਾ ਸ਼ੁਰੂ ਹੀ ਹੋਈ ਆ ਅਤੇ ਤੁਸੀਂ ਉਹਨੂੰ ਪਹਿਲਾਂ ਹੀ ਪਰੋਲਾਂ 'ਤੇ ਭੇਜਦੇ ਹੋ, ਕੀ ਕਾਰਨ ਕਿ ਮਤਲਬ ਹੋਰ ਬਲਾਤਕਾਰ ਹੋਣ, ਹੋਰ ਬੱਚੀਆਂ ਸਾਡੀਆਂ ਇਸ ਫਾਨੀ ਸੰਸਾਰ ਤੋਂ ਤੁਰਨ, ਕਿੰਨਿਆਂ ਹੋਰਾਂ ਨਾਲ ਧੱਕਾ ਹੋਵੇ ਤਾਂ ਭੇਜਦੇ ਹੋ, ਫਿਰ ਇਹਨੂੰ ਕਿਹੜਾ ਰਾਜ ਸਮਝੀਏ,
ਇਹ ਕਿਹੜੀ ਸਰਕਾਰ ਆ? ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਸਾਨੂੰ ਰਾਜ ਚਾਹੀਦਾ ਸੀ, ਬੜੇ ਵੱਡੇ ਵੱਡੇ ਦਾਅਵੇ ਕਰਦੇ ਸੀ। ਤੁਸੀਂ ਕਹਿੰਦੇ ਸੀ ਜੀ ਭਾਈ 1.5 ਮਹੀਨਿਆਂ ਦਿਓ ਤੁਹਾਨੂੰ ਸਾਡੀ ਸਰਕਾਰ ਆ ਲੈਂਦੀ, ਉਹ ਬੇਅਦਬੀਆਂ ਦੇ ਇਨਸਾਫ ਦਵਾ ਦਿਆਂਗੇ। ਮੈਂ ਕਿਹਾ ਦੱਸ ਹੀ ਦਈਏ ਸੀ ਐਮ ਸਾਹਿਬ, ਸਾਲ ਆਉਣ ਵਾਲਾ ਕਿਤੇ ਗਏ ਤੁਹਾਡੇ ਕਿਤੇ ਵਾਅਦੇ। ਹੁਣ ਕਈ ਗਿਆਨ ਦੇਣ ਵਾਸਤੇ ਆਉਣਗੇ ਜੀ ਭਾਈ, ਹਾਲੇ ਤਾਂ ਸਰਕਾਰ ਆਈ ਆ, ਥੋੜ੍ਹਾ ਚਿਰ ਵੇਖੋ। ਅਸੀਂ ਪਹਿਲੀਆਂ ਨੂੰ ਵੀ ਨਹੀਂ ਚੰਗਾ ਕਹਿੰਦੇ, ਪਹਿਲੀਆਂ ਨੇ ਵੀ ਨਹੀਂ ਕੁਛ ਕੀਤਾ। ਹੁਣ ਮੈਂ ਇਹ ਕਹਿਣ ਡਈ ਹਾਂ ਕਿ ਭਾਈ ਜੇ ਤੁਸੀਂ ਕਹਿੰਦੇ ਹੋ ਆਪ ਹੀ ਆਪਣੇ ਮੂੰਹ ਦੇ ਵਿੱਚੋਂ ਕਿ ਸਾਨੂੰ 1.5 ਮਹੀਨਾ ਦਿਓ, ਤੁਹਾਨੂੰ ਟਾਈਮ ਦਿੱਤਾ, ਹੁਣ ਸਾਲ ਹੋਣ ਵਾਲਾ, ਜੇ ਹੁਣ ਵੀ ਤੁਸੀਂ ਸਾਡੀ ਨਾ ਮੰਨੋ, ਤੁਹਾਡੇ ਕੰਨ 'ਤੇ ਜੂ ਨਾ ਸਰਕੇ, ਤਾਂ ਫਿਰ ਤੁਹਾਨੂੰ ਕੀ ਸਮਝੀਏ। ਅਤੇ ਅੱਜ ਜੇ ਸ਼ਾਂਤਮਈ ਤਰੀਕੇ ਨਾਲ ਸਿੰਘ ਗਏ ਆ, ਮੈਂ ਅੱਜ 6 ਤਰੀਕ ਦੀ ਗੱਲ ਕਰ ਰਹੀ ਹਾਂ ਜੀ, 6 ਫਰਵਰੀ, ਅਤੇ ਅਸੀਂ ਮੋਰਚੇ ਦੇ ਵਿੱਚ ਕਦੋਂ ਗਜਾਇਆ ਸਿੰਘ ਸਾਹਿਬ ਜੀ? ਆਪਾਂ 21-22 ਤਰੀਕ ਦੇ ਮੈਨੂੰ ਲੱਗਦਾ ਇੱਥੇ ਕੀ ਗਿਆ। ਹਾਂਜੀ ਕੋਈ ਨਹੀਂ, ਮੈਂ ਵਿੱਚ ਦੱਸ ਦੂੰਗੀ, ਜੇ ਦੱਸਿਆ ਤਾਂ ਨਹੀਂ ਤਾਂ ਕੋਈ ਗੱਲ ਨਹੀਂ, ਐਡੀ ਇਸ਼ੂ ਨਹੀਂ ਹੈਗਾ ਕਦੋਂ ਗਏ ਕਦੋਂ ਨਹੀਂ, ਕਿਉਂਕਿ ਆਪਾਂ ਜਦੋਂ ਵੀ ਆਪਣੇ ਕੋਲ ਸਮਾਂ ਬਣਦਾ। ਕਿਉਂਕਿ ਕਈ ਕਹਿਣਗੇ ਜੀ ਭਾਈ ਤੁਸੀਂ ਉੱਥੇ ਜਾ ਕੇ ਬਹਿੰਦੇ ਕਿਉਂ ਨਹੀਂ? ਬਾਪੂ ਜੀ ਨਾਲ ਗੱਲ ਹੋਈ ਸੀ, ਬਾਪੂ ਜੀ ਕਹਿੰਦੇ ਬਸ ਤੁਹਾਡਾ ਇਹ ਕੰਮ ਆ, ਤੁਹਾਡੀ ਸੇਵਾ ਇਹ ਆ ਕਿ ਤੁਸੀਂ ਜਿੱਥੇ ਵੀ ਸਟੇਜ 'ਤੇ ਜਾਂਦੇ ਹੋ ਇਹ ਸੰਗਤਾਂ ਨੂੰ ਬੇਨਤੀ ਜ਼ਰੂਰ ਕਰਨੀ ਕਿ ਭਾਈ ਤੁਸੀਂ ਮੋਰਚੇ 'ਤੇ ਹੁੰਮ ਹੁਮਾ ਕੇ ਪਹੁੰਚੋ। ਅਤੇ ਹੁਣ ਮੈਂ ਕਿਹੜੀ ਗੱਲ ਕਰ ਰਹੀ ਸੀ ਸਿੰਘ ਸਾਹਿਬ, ਮੈਨੂੰ ਚੇਤਾ ਵਿਸਰੀ ਗਈ ਵਿੱਚ ਹੀ। ਆਹੋ ਸ਼ਾਂਤਮਈ ਤਰੀਕੇ ਨਾਲ ਗਏ, ਅਰਦਾਸ ਬੇਨਤੀ ਕਰਨੀ ਸੀ ਕਿ ਭਾਈ ਸਾਡੇ ਸੀ ਐਮ ਨੂੰ ਸਮਤ ਬਖਸ਼ੋ, ਉਹ 34 ਦੇ 34 ਸਿੰਘਾਂ ਦਾ ਜਥਾ ਚੱਕ ਲਿਆ। ਇਹ ਕੀ ਆ, ਇਹ ਕੀ ਮੇਰੇ ਦੇਸ਼ ਦਾ ਸਿਸਟਮ ਆ? ਅਤੇ ਮੈਂ ਬੇਨਤੀ ਕਰਾਂ ਜਿਹੜੇ ਘਰਾਂ 'ਚ ਬੈਠੇ ਹਾਂ, ਜੇ ਘਰ ਦੇ ਆਪਾਂ 10-15 ਜੀਆਂ ਜਾਂ 4 ਹੀ ਜੀਆਂ, ਕੋਈ 5, ਕਈਆਂ ਦਾ ਨਹੀਂ ਸਰਦਾ, ਉਹ ਜਾਣਦੀ ਹਾਂ ਮੈਂ, ਹੈ ਨਾ, ਕਿਉਂਕਿ ਹੁਣ ਅੱਧੇ ਤਾਂ ਘਰ ਖਾਲੀ ਹੋਏ ਪਏ, ਸਾਰੇ ਵਿਦੇਸ਼ਾਂ ਨੂੰ ਗਏ ਆ। ਹੁਣ ਜਿਹੜਾ ਮਾਂ ਪਿਓ ਉਹਨਾਂ ਦੇ ਤਾਂ ਸਿੰਘ ਸਾਹਿਬ ਪੋਤੀ ਵਿਦੇਸ਼ਾਂ ਨੂੰ ਚਲੇ ਗਏ, ਹੈ ਨਾ, ਮਗਰ ਕੋਈ ਵੀ ਨਹੀਂ ਘਰ ਬਾਰ ਵੀ, ਚਲੋ ਸਾਂਭਣੇ। ਸਮਾਂ ਇਹੋ ਜਿਹਾ ਬਣ ਗਿਆ, ਤਾਂ ਹੀ ਸਾਡਾ ਜਥੇਦਾਰ ਕਾਲ ਤੱਕ ਸਭ ਤੋਂ ਪੀਲਾਂ ਕਰਦਾ ਕਿ ਭਾਈ ਗੁਰਸਿੱਖਾਂ ਦੇ ਘਰ 3 ਜਾਂ 4 ਬੱਚੇ ਹੋਣੇ ਜ਼ਰੂਰੀ ਆ। ਕਈ ਕਹਿਣਗੇ ਕਿਹੋ ਜਿਹੀਆਂ ਗੱਲਾਂ ਕਰਦੇ, ਜ਼ਰੂਰੀ ਆ, ਚਲੋ ਕਈਆਂ ਨੂੰ ਤਾਂ ਗੁਰੂ ਸਾਹਿਬ ਜੀ ਵੱਲੋਂ ਇੱਕ ਦਾਤ ਹੀ ਮਿਲਦੀ ਆ, ਉਹ 'ਚ ਹੀ ਰਹਿਣਾ ਪੈਂਦਾ, ਕਈਆਂ ਦੀ ਮਸਤਕ 'ਚ ਨਹੀਂ ਹੁੰਦਾ, ਪਰ ਗੁਰੂ ਬੜਾ ਬੇਅੰਤ ਆ। ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੜੀਆਂ ਬਖਸ਼ਿਸ਼ਾਂ ਦਿੱਤੀਆਂ, ਫਿਰ ਦਿਲਾ ਦਿਆਂ ਇਕੱਲਾ ਮੁੰਡਾ ਮੰਗਣ ਨਾ ਜਾਇਆ ਕਰੋ ਬਾਬਾ ਬੁੱਢਾ ਜੀ ਤੋਂ, ਮਨ ਦੇ ਵਿੱਚ ਧੀ ਦੀ ਵੀ ਸ਼ਰਧਾ ਲੈ ਕੇ ਚਲੇ ਜਾਓ, ਕੋਈ ਫਰਕ ਨਹੀਂ। ਅਤੇ ਜ਼ਰੂਰ ਅਸੀਂ ਪਹਿਰਾ ਦੇਣਾ ਇਹਨਾਂ ਗੱਲਾਂ 'ਤੇ। ਅਤੇ ਸਾਡਾ ਜਿੰਦ ਕੌਰ ਪੁੱਤ ਜੀ ਸੁੱਤੇ ਪਏ ਨੇ, ਇਹਨੂੰ ਜਿੰਨਾ ਚਿਰ ਅਸੀਂ ਜਾਗਦੇ ਹਾਂ ਉਹਨਾਂ ਚਿਰ ਇਹਦੇ 'ਚ ਪਾਇਆ ਹੋਇਆ, ਟਿਕਦੀ ਨਹੀਂ ਸੀਗੀ, ਮੈਨੂੰ ਲੱਗਦਾ ਬਲਰ ਹੋ ਗਿਆ। ਅਤੇ ਸਿੰਘ ਸਾਹਿਬ ਇੱਧਰ ਬੈਠੇ ਨੇ, ਅਤੇ ਚਲੋ ਠੀਕ ਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ